ਪੁੱਤਰ ਸੰਗੀਤ ਦਾ ਜਨਮ ਪਿਤਾ ਸ਼੍ਰੀ ਸਹਿਜ ਰਾਮ ਗੋਇਲ ਦੇ ਘਰ, ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਦੀ ਕੁੱਖੋਂ 20 ਅਕਤੂਬਰ 1952 ਨੂੰ ਪਿੰਡ ਭੋਤਨਾ ਵਿਖੇ ਹੋਇਆ। ਮਿੱਤਰ ਸੰਮੀਤ ਪੰਜਾਬੀ ਸਾਹਿਤ ਵਿੱਚ ਇੱਕ ਜਾਣਿਆ ਪਛਾਣਿਆ ਨਾਂ ਹੈ। ਨਾਵਲਾਂ ਦੀ ਦੁਨੀਆ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹੈ, ਅਤੇ ਆਓ ਅੱਜ ਉਹਨਾਂ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀ ਲਿਖਣ ਪ੍ਰਕਿਰਿਆ ਬਾਰੇ ਕੁਝ ਗੱਲਾਂ ਸਾਂਝੀਆਂ ਕਰੀਏ। ਮਿੱਜੀ ਮਿੱਤਰ ਸੈਨ ਮੀਤ ਇੱਕ ਲੇਖਕ ਹੈ ਜਾਂ ਇੱਕ ਵਕੀਲ ਹੈ ਜਾਂ ਵਕੀਲ ਵਿਚਲਾ ਲੇਖਕ ਹੈ, ਇਸ ਬਾਰੇ ਤੁਸੀਂ ਦੱਸੋ। ਇੱਕ ਲੇਖਕ, ਇੱਕ ਵਕੀਲ, ਇੱਕ ਦੂਜੇ ਦੇ ਪੂਰਕ ਨੇ। ਜੇ ਕਦੇ ਇਸ ਤਰ੍ਹਾਂ ਹੋ ਜਾਵੇ ਵੀ ਵਕੀਲ ਲਿਖਣ ਲੱਗ ਜਾਵੇ ਤਾਂ ਉਹ ਬਹੁਤ ਵਧੀਆ ਰਚਨਾਵਾਂ ਬਣ ਜਾਂਦੀਆਂ ਨੇ, ਕਿਉਂਕਿ ਵਕੀਲ ਕੋਲ ਤੱਥਾਂ ਦਾ ਖਜ਼ਾਨਾ ਹੁੰਦਾ, ਸਿੱਧੇ ਲੋਕ ਆ ਕੇ ਉਸ ਨੂੰ ਦਿਲ ਦੀ ਸੱਚਾਈ ਦੱਸਦੇ ਨੇ, ਜਿਸ ਕਰਕੇ ਉਸ ਨੂੰ ਤੱਥਾਂ ਦੀ ਖੋਜ ਕਰਨ ਦੀ ਲੋੜ ਨਹੀਂ ਪੈਂਦੀ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ, ਲਿਖਤਾਂ ਹੋਰਾਂ ਕਿਤਾਬਾਂ ਵਗੈਰਾ ਨੂੰ ਪੜ੍ਹਨ ਦੀ ਲੋੜ ਨਹੀਂ ਪੈਂਦੀ, ਅਤੇ ਸਿੱਧਾ ਹੀ ਉਹਨੂੰ ਤਜਰਬਾ ਜਿਹੜਾ ਹੈਗਾ ਉਹ ਹੁੰਦਾ ਰਹਿੰਦਾ ਹਰ ਰੋਜ਼ ਆਪਣੇ ਕੰਮ ਕਾਰ ਦੇ ਵਿੱਚ ਹੀ। ਅਤੇ ਜਦੋਂ ਲੇਖਕ ਹੈ ਉਸਨੇ ਵੀ ਇਹੀ ਦੇਖਣਾ ਹੁੰਦਾ ਵੀ ਉਹ ਆਪਣੀ ਲੇਖ ਜਿਹੜੀ ਲਿਖਤ ਕਰਨੀ ਹੈ ਉਹਨੇ ਉਹਨੂੰ ਯਥਾਰਥਕ ਐਂਗਲ ਤੋਂ ਘੋਖ ਕੇ ਉਹਦੇ ਵਿੱਚ ਯਥਾਰਥ ਲਿਆਵੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੀ ਲਿਖਤਾਂ ਵਿੱਚ ਪੇਸ਼ ਕਰੇ। ਇਸ ਤਰ੍ਹਾਂ ਮੈਂ ਸਮਝਦਾ ਵੀ ਮੇਰੇ ਵਾਲੀਆਂ ਲਿਖਤਾਂ ਦੇ ਵਿੱਚ ਇੱਕ ਵਕੀਲ ਵੀ ਹੈ ਔਰ ਲੇਖਕ ਵੀ ਹੈ, ਕਿਉਂਕਿ ਸਮੱਸਿਆਵਾਂ ਨੂੰ ਸਮਝਣ ਲਈ ਮੇਰੀ ਵਕਾਲਤ ਦੇ ਪੇਸ਼ੇ ਨੇ ਮੇਰਾ ਸਹਿਯੋਗ ਕੀਤਾ ਅਤੇ ਲਿਖਣ ਵਿੱਚ ਮੇਰੇ ਪੇਸ਼ੇ ਨੇ ਮੇਰਾ ਸਹਿਯੋਗ ਕੀਤਾ। ਮੈਂ ਇੱਕ ਕਾਨੂੰਨ ਵਰਗੇ ਪੇਚੀਦਾ ਜਿਹੜਾ ਸਬਜੈਕਟ ਹੈ ਜਿਹਦੇ ਬਾਰੇ ਕਦੇ ਘੱਟ ਹੀ ਲੋਕਾਂ ਨੇ ਲਿਖਿਆ, ਉਹਦੇ ਬਾਰੇ ਮੈਂ ਲਿਖਿਆ। ਇਹ ਮੇਰੇ ਕਿੱਤੇ ਦੀ ਦੇਣ ਸੀ ਅਤੇ ਇੱਕ ਲੇਖਕ ਦੇ ਤੌਰ 'ਤੇ ਮੈਂ ਉਹਨਾਂ ਸਮੱਸਿਆਵਾਂ ਨੂੰ ਗਹਿਰਾਈ ਨਾਲ ਪੇਸ਼ ਕੀਤਾ ਜਿਹੜਾ ਲੋਕਾਂ ਨੂੰ ਪਸੰਦ ਆਇਆ। ਇਸ ਕਰਕੇ ਇੱਕ ਦੂਜੇ ਦੇ ਪੂਰਕ ਨੇ, ਲੇਖਕ ਦੇ ਵਿੱਚ ਵਕੀਲ ਵੀ ਹੈ ਔਰ ਵਕੀਲ ਦੇ ਵਿੱਚ ਲੇਖਕ ਵੀ ਹੈ, ਦੋਹਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਇੱਕੋ ਸਿੱਕੇ ਦੇ ਦੋਨੋਂ ਪਾਸੇ ਨੇ। ਮਿੱਤਰ ਸੈਨ ਮੀਤ ਦੇ ਦਿਨ ਦੀ ਸ਼ੁਰੂਆਤ ਆਪਣੀ ਜੀਵਨ ਸਾਥਣ ਦੀ ਸੰਗਤ ਵਿੱਚ ਯੋਗ ਅਭਿਆਸ ਨਾਲ ਸ਼ੁਰੂ ਹੁੰਦੀ ਹੈ। ਇਹ ਸਿਲਸਿਲਾ ਕਈ ਸਾਲਾਂ ਤੋਂ ਇਸੇ ਤਰ੍ਹਾਂ ਬਾਅਦ ਦਸਤੂਰ ਜਾਰੀ ਹੈ। ਯੋਗ ਕਿਰਿਆਵਾਂ ਨੂੰ ਹੀ ਮੀਤ ਆਪਣੇ ਤੰਦਰੁਸਤੀ ਅਤੇ ਚੁਸਤੀ ਫੁਰਤੀ ਦਾ ਰਾਜ ਦੱਸਦਾ ਹੈ।
ਕਾਫੀ ਦੇਰ ਹੋ ਗਈ ਤੁਹਾਨੂੰ ਰਿਟਾਇਰ ਹੋਇਆ ਨੂੰ ਤੇ ਔਰ ਤੁਹਾਡੀ ਸਿਹਤ ਆ ਜਿਹੜੀ ਅੱਜ ਬੜੀ ਵਧੀਆ ਹੈ, ਇਹ ਸਿਹਤ ਦਾ ਰਾਜ ਤੁਸੀਂ? ਇਹਦੇ 'ਚ ਇਹ ਹੈ ਵੀ ਮੈਂ ਕਿਉਂਕਿ ਸਾਡਾ ਜਿਹੜਾ ਕੰਮ ਹੈ ਜ਼ਿਆਦਾ ਸਿਟਿੰਗ ਦਾ ਹੁੰਦਾ ਇੱਕ ਵਕੀਲ ਦਾ, ਮੈਂ ਇਸ ਕਰਕੇ ਪਹਿਲੇ ਦਿਨੋਂ ਹੀ ਚੌਕਸ ਰਿਹਾ ਵੀ ਆਪਣੀ ਸਰੀਰਕ ਫਿਟਨੈਸ ਐਕਸਰਸਾਈਜ਼ ਰਾਹੀਂ ਔਰ ਯੋਗਾ ਰਾਹੀਂ ਕਰਨੀ ਆ। ਮੈਨੂੰ ਨਹੀਂ ਯਾਦ ਕਿ ਮੈਂ ਕਦੋਂ ਸੈਰ ਸ਼ੁਰੂ ਕੀਤੀ, ਇੰਨਾ ਕੁ ਯਾਦ ਹੈ ਵੀ 1983 ਤੋਂ ਲੈ ਕੇ 1986 ਤੱਕ ਮੈਂ ਰਾਮਪੁਰਾ ਫੂਲ ਲੱਗਿਆ ਹੋਇਆ ਸੀਗਾ। ਉਦੋਂ ਪੰਜਾਬ ਦੇ ਵਿੱਚ ਹਾਲਾਤ ਵੀ ਬੜੇ ਖਤਰਨਾਕ ਸੀਗੇ ਅਤੇ ਮੈਂ ਉਦੋਂ ਵੀ 4-5-6 ਕਿਲੋਮੀਟਰ ਦੀ ਮੋਰਨਿੰਗ ਵਾਕ ਕਰਦਾ ਸੀ। ਕਈ ਵਾਰ ਪੁਲਿਸ ਵਾਲੇ ਮਿਲ ਜਾਂਦੇ ਔਰ ਉਹ ਕਹਿੰਦੇ ਵੀ ਤੁਸੀਂ ਇਕੱਲੇ ਹੀ ਫਿਰੀ ਜਾਂਦੇ ਹੋ ਇੱਥੇ, ਜਦੋਂ ਮਰਜ਼ੀ ਤੁਹਾਡਾ ਕੋਈ ਵਾਰਦਾਤ ਹੋ ਜਾਵੇ। ਮੈਂ ਉਹਨਾਂ ਨੂੰ ਕਿਹਾ ਸੀ ਕੋਈ ਗੱਲ ਨਹੀਂ, ਮੈਂ ਸੈਰ ਨਹੀਂ ਛੱਡ ਸਕਦਾ। ਮਿੱਤਰ ਸੈਨ ਮੀਤ ਨੇ BA ਮੈਥ ਆਨਰ ਨਾਲ 1972 ਵਿੱਚ ਗੋਲਡ ਮੈਡਲ ਲੈ ਕੇ ਕੀਤੀ। 1976 ਵਿੱਚ LLB ਯੂਨੀਵਰਸਿਟੀ ਤੋਂ ਦੂਜੀ ਪੋਜੀਸ਼ਨ ਲੈ ਕੇ ਕੀਤੀ। ਮੀਤ ਨੇ ਗਿਆਨੀ ਅਤੇ BEd ਵੀ ਕੀਤੀ ਹੋਈ ਹੈ। ਜ਼ਿਲ੍ਹਾ ਅਟਾਰਨੀ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਮੀਤ ਦਾ ਹੁਣ ਬਹੁਤਾ ਸਮਾਂ ਸਾਹਿਤ ਰਚਨ ਅਤੇ ਪੜ੍ਹਨ ਦੇ ਲੇਖੇ ਲੱਗਦਾ ਹੈ। ਮਿੱਤਰ ਸੈਨ ਮੀਤ ਜੀ ਜੋ ਮੇਰੇ ਮਾਮਾ ਜੀ ਹਨ, ਉਹਨਾਂ ਦੇ ਸਾਹਿਤਕ ਜੀਵਨ ਦਾ ਤਾਂ ਮੇਰੇ ਉੱਪਰ ਪ੍ਰਭਾਵ ਹੈ ਹੀ, ਇਸ ਤੋਂ ਇਲਾਵਾ ਉਹਨਾਂ ਦੇ ਵਿੱਦਿਅਕ ਯੋਗਤਾਵਾਂ ਦਾ ਵੀ ਮੇਰੇ ਉੱਪਰ ਕਾਫੀ ਪ੍ਰਭਾਵ ਹੈ। ਜਿਵੇਂ ਕਿ ਬਹੁਤ ਹੀ ਘੱਟ ਲੋਕ ਜਾਣਦੇ ਨੇ, ਮਿੱਤਰ ਸੈਨ ਮੀਤ ਜੀ ਦੀ ਨੋਵਲ ਲਿਖਣ ਤੋਂ ਇਲਾਵਾ ਮੈਥਮੈਟਿਕਸ ਵਿੱਚ ਵੀ ਕਾਫੀ ਰੁਚੀ ਹੈ ਅਤੇ ਮੈਂ ਦੱਸਣਾ ਚਾਹੁੰਦਾ ਉਹਨਾਂ ਨੇ BA ਓਨਰਸ ਦੀ ਡਿਗਰੀ ਮੈਥਮੈਟਿਕਸ ਵਿੱਚ ਹੀ ਕੀਤੀ ਹੈ ਅਤੇ ਉਹਨਾਂ ਦੀ ਇਸ ਰੁਚੀ ਤੋਂ ਪ੍ਰਭਾਵਿਤ ਹੋ ਕੇ ਮੈਨੇ ਵੀ ਮੈਥਮੈਟਿਕਸ ਸਬਜੈਕਟ ਪੜ੍ਹਨਾ ਸ਼ੁਰੂ ਕੀਤਾ ਅਤੇ ਅੱਜ ਉਸ ਪ੍ਰੇਰਨਾ ਸਰੋਤ ਕਾਰਨ ਹੀ ਮੈਂ ਆਪਣੀ ਮੈਥਮੈਟਿਕਸ ਵਿੱਚ PhD ਕਰ ਰਿਹਾ। ਜੇ ਗੱਲ ਕਰੀਏ ਸਾਹਿਤ ਦੀ, ਵਿਦਿਆਰਥੀ ਜੀਵਨ ਵਿੱਚ ਮੈਨੂੰ ਸਾਹਿਤ ਪੜ੍ਹਨ ਦਾ ਜ਼ਿਆਦਾ ਸ਼ੌਂਕ ਨਹੀਂ ਸੀ, ਪਰ ਜਦੋਂ ਮੇਰੇ ਦੋਸਤ ਮਿੱਤਰ ਆ ਕੇ ਮੇਰੇ ਨਾਲ ਗੱਲਾਂ ਕਰਦੇ ਮਾਮਾ ਜੀ ਦੇ ਲਿਖੇ ਹੋਏ ਨਾਵਲ ਬਾਰੇ, ਜਦੋਂ ਆ ਕੇ ਉਹਨਾਂ ਦੇ ਨਾਵਲਾਂ ਦੀ ਪ੍ਰਸ਼ੰਸਾ ਕਰਦੇ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਵੀ ਇਹਨਾਂ ਦੇ ਲਿਖੇ ਨਾਵਲ ਪੜ੍ਹਨ ਦੀ ਇੱਛਾ ਹੋਈ ਅਤੇ ਮੈਂ ਉਸ ਤੋਂ ਬਾਅਦ ਫਿਰ ਇਹਨਾਂ ਲਿਖਿਆ ਹੋਇਆ ਨਾਵਲ ਤਫਤੀਸ਼ ਅਤੇ ਸੁਧਾਰ ਕਰ ਪੜ੍ਹਿਆ। ਹੁਣ ਯੂਨੀਵਰਸਿਟੀ ਵਿੱਚ ਜਦੋਂ ਬਾਕੀ ਟੀਚਰ ਸਾਹਿਬਾਨ ਜਾਂ ਸਾਡੇ ਦੋਸਤ ਕੁਲੀਗਸ ਇਹਨਾਂ ਦੇ ਲਿਖੇ ਨਾਵਲਾਂ ਦੀ ਗੱਲਾਂ ਕਰਦੇ ਹਨ ਜਾਂ ਪ੍ਰਸ਼ੰਸਾ ਕਰਦੇ ਹਨ ਇਹਨਾਂ ਦੀ, ਤਾਂ ਮੈਨੂੰ ਬਹੁਤ ਹੀ ਫਖਰ ਮਹਿਸੂਸ ਹੁੰਦਾ ਅਤੇ ਖੁਸ਼ੀ ਹੁੰਦੀ ਹੈ ਕਿ ਇਹ ਮੇਰੇ ਮਾਮਾ ਜੀ, ਇਹ ਸ਼ੁਰੂ ਤੋਂ ਹੀ ਮੇਰੇ ਲਈ ਇਹਨਾਂ ਨੇ ਰੋਲ ਮਾਡਲ ਦਾ ਕੰਮ ਕੀਤਾ ਅਤੇ ਸਾਨੂੰ ਸਿਖਾਇਆ ਵੀ ਜ਼ਿੰਦਗੀ ਵਿੱਚ ਆਪਾਂ ਕਿਵੇਂ ਇੱਕ ਵਧੀਆ ਇਨਸਾਨ ਬਣ ਕੇ ਰਹੇ। ਮੀਤ ਜੀ, ਬਤੌਰ ਸਰਕਾਰੀ ਵਕੀਲ ਤੁਹਾਡਾ ਨਾਂ ਮਿੱਤਰ ਸੈਨ ਗੋਇਲ, ਕਾਨੂੰਨ ਦੀਆਂ ਜੋ ਕਿਤਾਬਾਂ ਲਿਖੀਆਂ ਤੁਸੀਂ ਉਹਨਾਂ 'ਤੇ ਵੀ ਤੁਹਾਡਾ ਨਾਮ ਮਿੱਤਰ ਸੈਨ ਗੋਇਲ ਹੀ ਹੈ। ਤੁਹਾਡੇ ਸਾਥੀਆਂ ਨੂੰ, ਤੁਹਾਡੇ ਕਲੀਗਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਮਿੱਤਰ ਸੈਨ ਗੋਇਲ ਹੀ ਨਾਵਲਕਾਰ ਮਿੱਤਰ ਸੈਨ ਮੀਤ ਹੈ। ਸੋ ਇਹ ਜੋ ਵਖਰੇਵਾ ਹੈ, ਤੁਸੀਂ ਜਾਣ ਬੁੱਝ ਕੇ ਪਾਇਆ ਕਿ ਅਚੇਤਮਾਨੀ ਦਾ? ਇਹ ਹੈ ਵੀ ਜਿਹੜਾ ਗੋਇਲ ਹੈ ਜੀ, ਇਹ ਮੇਰਾ ਗੋਤ ਹੈ ਜੀ, ਸਰਕਾਰੀ ਜਿਹੜੇ ਦਸਤਾਵੇਜ਼ ਹੈ ਉਹਦੇ ਵਿੱਚ ਨਾਂ ਮਿੱਤਰ ਸੈਨ ਗੋਇਲ ਦੇ ਤੌਰ 'ਤੇ ਦਰਜ ਹੈ, ਗੋਤ ਹੋਣ ਕਾਰਨ।
ਸਾਹਿਤਕ ਤੌਰ ਦੇ ਉੱਤੇ ਮੈਂ ਆਪਣਾ ਅਖੰਡ ਸੀ ਜਿਹੜਾ ਮਿੱਤਰ ਸ਼ਾਹ ਮੀਤ ਰੱਖਿਆ ਅਤੇ ਦੋਨੋਂ ਕੰਮ ਨੇ ਜਿਹੜੇ ਇੱਕ ਸਰਕਾਰੀ ਵਕੀਲ ਦੇ ਤੌਰ 'ਤੇ ਮੈਂ ਸਰਕਾਰ ਦਾ ਪੱਖ ਪੂਰਦਾ ਰਿਹਾ, ਇਹ ਮੇਰੀ ਡਿਊਟੀ ਸੀ। ਪੁਲਿਸ ਦਾ ਪੱਖ ਪੂਰਦਾ ਰਿਹਾ ਅਤੇ ਉਹ ਦੂਜੇ ਪਾਸੇ ਜਿਹੜੀਆਂ ਮੇਰੀਆਂ ਸਾਹਿਤਕ ਕਿਰਤਾਂ ਨੇ ਉਹਦੇ ਵਿੱਚ ਮੈਂ ਪੁਲਿਸ ਨੂੰ, ਨਿਆਂਪਾਲਿਕਾ ਨੂੰ ਭੰਡਦਾ ਰਿਹਾ, ਉਹਨਾਂ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਉਜਾਗਰ ਕਰਦਾ ਰਿਹਾ। ਇਸ ਤਰ੍ਹਾਂ ਮੇਰੇ ਦੋਨੋਂ ਜਿਹੜੇ ਕਿਰਦਾਰ ਸੀ ਜਾਂ ਕੰਮ ਸੀਗੇ, ਡਿਊਟੀ ਦਾ ਇੱਕ ਸਾਹਿਤਕ ਡਿਊਟੀ ਅਤੇ ਇੱਕ ਸਰਕਾਰੀ ਡਿਊਟੀ, ਇਹ ਵੱਖ ਵੱਖ ਸੀ। ਇਸ ਕਰਕੇ ਮੈਂ ਇਹ ਮਹਿਸੂਸ ਕੀਤਾ ਵੀ ਇਹ ਦੋਨੋਂ ਸ਼ਖਸੀਅਤਾਂ ਨੇ ਇਹ ਕਾਇਮ ਰੱਖੀਆਂ ਜਾਣ, ਇੱਕ ਸਰਕਾਰੀ ਵਕੀਲ ਦੇ ਤੌਰ 'ਤੇ ਔਰ ਇੱਕ ਸਾਹਿਤਕਾਰ ਦੇ ਤੌਰ 'ਤੇ। ਇਸ ਲਈ ਮੈਂ ਦੋਨੋਂ ਜਿਹੜੇ ਨਾਂ ਸੀ ਇਹ ਵਰਤੇ। ਪਰ ਇੱਕ ਇਹਦਾ ਕਾਰਨ ਹੋਰ ਵੀ ਹੈ, ਉਹ ਇਹ ਸੀ ਵੀ ਜਦੋਂ ਕਿਸੇ ਸਰਕਾਰੀ ਕੰਮਕਾਰ ਦੇ ਤੌਰ ਦੇ ਉੱਤੇ ਕੋਈ ਲੋਕ ਮੇਰੇ ਕੋਲ ਆਉਂਦੇ ਸੀ ਮਿਲਣ ਲਈ ਜਾਂ ਫੋਨ ਆਉਂਦੇ ਸੀ, ਤਾਂ ਜਦੋਂ ਕੋਈ ਗੋਇਲ ਕਹਿੰਦਾ ਸੀ ਵੀ ਗੋਇਲ ਸਾਹਿਬ ਨਾਲ ਮੈਂ ਗੱਲ ਕਰਨੀ ਹੈ, ਤਾਂ ਮੈਨੂੰ ਪਤਾ ਲੱਗ ਜਾਂਦਾ ਸੀਗਾ ਵੀ ਇਹ ਕੋਈ ਸਰਕਾਰੀ ਨੌਕਰੀ ਦੇ ਨਾਲ ਸੰਬੰਧਿਤ ਵਿਅਕਤੀ ਹੈ, ਹਾਂ ਇੱਕ ਸਰਕਾਰੀ ਵਕੀਲ ਨਾਲ ਉਹਨੂੰ ਗੱਲ ਕਰਨੀ ਹੈ ਜਾਂ ਮਿਲਣਾ ਹੈ, ਤਾਂ ਮੇਰਾ ਵਿਵਹਾਰ ਇੱਕ ਅਫਸਰ ਵਾਲਾ ਹੁੰਦਾ ਸੀ। ਅਤੇ ਜਦੋਂ ਕੋਈ ਮੀਤ ਕਹਿ ਕੇ ਆਉਂਦਾ ਸੀ ਅਤੇ ਮੀਤ ਕਹਿ ਕੇ ਫੋਨ ਆਉਂਦਾ ਸੀ, ਤਾਂ ਮੈਨੂੰ ਲੱਗਦਾ ਸੀਗਾ ਵੀ ਇਹ ਕੋਈ ਸਾਹਿਤਕ ਮਿੱਤਰ ਹੈ, ਤਾਂ ਮੈਂ ਦੋਨਾਂ ਦੇ ਵਿਵਹਾਰ ਦੇ ਵਿੱਚ ਫਰਕ ਰੱਖਦਾ ਸੀ। ਮੈਂ ਜਦੋਂ ਡਿਸਟ੍ਰਿਕਟ ਅਟੋਰਨੀ ਸੀ ਤਾਂ ਆਪਣੇ ਸੇਵਾਦਾਰਾਂ ਨੂੰ ਕਿਹਾ ਹੋਇਆ ਸੀ ਵੀ ਜੇ ਕੋਈ ਇਹ ਕਹੇ ਵੀ ਮੀਤ ਸਾਹਿਬ ਨੂੰ ਮਿਲਣਾ ਤਾਂ ਉਹਨੂੰ ਰੋਕਣਾ ਨਹੀਂ, ਉਹਨੂੰ ਸਿੱਧਾ ਲੈ ਕੇ ਆਉਣਾ। ਘਰਦਿਆਂ ਨੂੰ ਵੀ ਪਤਾ ਲੱਗ ਜਾਂਦਾ ਸੀ ਵੀ ਮੀਤ ਸਾਹਿਬ ਦਾ ਫੋਨ ਆਇਆ, ਅਤੇ ਉਹ ਮੈਨੂੰ ਉਸ ਤਰ੍ਹਾਂ ਦੱਸਦੇ ਸੀ ਕਿ ਕੋਈ ਗੋਇਲ ਦਾ ਫੋਨ ਆਉਂਦਾ ਸੀ ਤਾਂ ਉਸ ਤਰ੍ਹਾਂ ਦੱਸਦੇ ਸੀ ਵੀ ਫਰਕ, ਉਹਨਾਂ ਨੂੰ ਵੀ ਪਤਾ ਸੀ ਇਹ ਫਰਕ ਰੱਖਣਾ ਜ਼ਰੂਰੀ ਸੀ। ਇਸੇ ਲਈ ਜਿਹੜਾ ਕਾਨੂੰਨ ਦੀਆਂ ਕਿਤਾਬਾਂ ਨੇ, ਮੈਂ ਕਿਉਂਕਿ ਕਾਨੂੰਨ ਦੀਆਂ ਕਿਤਾਬਾਂ ਦੇ ਵਿੱਚ ਮੈਂ ਪੁਲਿਸ ਦੀ ਗਾਈਡੈਂਸ ਲਈ, ਜਿਵੇਂ ਆਪਾਂ ਪਹਿਲਾਂ ਗੱਲ ਕਰੀ ਹੈ, ਸਰਕਾਰੀ ਵਕੀਲਾਂ ਦੀ ਗਾਈਡੈਂਸ ਲਈ ਇਹ ਲਿਖੀਆਂ ਨੇ, ਇਸ ਕਰਕੇ ਉੱਥੇ ਮੈਂ ਆਪਣਾ ਨਾਂ ਸਰਕਾਰੀ ਹੀ ਰੱਖਿਆ। ਜਦੋਂ ਸਾਹਿਤ ਰਚਿਆ ਉਹ ਕਿਉਂਕਿ ਸਰਕਾਰੀ ਡਿਊਟੀ ਦੇ ਉਲਟ ਹੈ ਕੰਮ, ਅਤੇ ਉੱਥੇ ਲੋਕਾਂ ਦੀ ਜਾਗਰਤੀ ਲਈ ਹੈ, ਇਸ ਕਰਕੇ ਉੱਥੇ ਮੈਂ ਮਿੱਤਰ ਸੈਨ ਮੀਤ ਦਾ ਨਾਂ ਵਰਤਿਆ, ਇਸ ਕਰਕੇ ਅੱਡ ਅੱਡ ਨਾਂ ਰੱਖੇ। ਦੂਜੀ ਗੱਲ ਇਹ ਤੁਹਾਡਾ ਸਵਾਲ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ, ਉਹ ਇਹ ਵੀ ਮੈਂ ਬਹੁਤਾ ਕਦੇ ਆਪਣੇ ਮੂੰਹੋਂ ਪ੍ਰਚਾਰ ਨਹੀਂ ਕਰਦਾ ਕਦੇ ਵੀ ਆਪਣੀਆਂ ਕਿਤਾਬਾਂ ਦਾ, ਅਤੇ ਜਦੋਂ ਜਿਹੜੇ ਵਕੀਲ ਨੇ ਜਾਂ ਪੁਲਿਸ ਵਾਲੇ ਹੈ ਇਹ ਲਿਟਰੇਚਰ ਨੂੰ ਬਹੁਤ ਘੱਟ ਪੜ੍ਹਦੇ ਨੇ, ਇਸ ਕਰਕੇ ਉਹਨਾਂ ਨੂੰ ਮੇਰੀ ਸਰਕਾਰੀ ਡਿਊਟੀ ਦਾ ਹੀ ਪਤਾ ਹੁੰਦਾ ਸੀ, ਇਹ ਮੈਨੂੰ ਗੋਇਲ ਦੇ ਤੌਰ 'ਤੇ ਜਾਣਦੇ ਸੀ। ਅਤੇ ਦੂਜੇ ਪਾਸੇ ਜਿਹੜੇ ਸਾਹਿਤਕਾਰ ਸੀ ਉਹਨਾਂ ਨੂੰ, ਬਹੁਤ ਲੋਕ ਨੇ ਜੋ ਸਾਹਿਤ ਪੜ੍ਹਦੇ ਆ ਉਹਨਾਂ ਨੂੰ ਇੰਨਾ ਕੁ ਤਾਂ ਪਤਾ ਸੀ ਵੀ ਇਹ ਸਰਕਾਰੀ ਵਕੀਲ ਹੈ, ਪਰ ਬਹੁਤਾ ਮੈਂ ਵਿਚਰਦਾ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਕਈ ਵਾਰ ਨਹੀਂ ਸੀ ਪਤਾ ਲੱਗਦਾ ਵੀ ਗੋਇਲ ਅਤੇ ਮੀਤ ਇੱਕੋ ਹੀ ਨੇ, ਅਤੇ ਉਹਨਾਂ ਨੂੰ ਭੁਲੇਖਾ ਲੱਗਦਾ ਰਹਿੰਦਾ ਸੀਗਾ। ਇਹਦੇ ਬਾਰੇ ਮੈਂ ਇੱਕ ਇੰਟਰਸਟਿੰਗ ਗੱਲ ਦੱਸਾਂ, ਜਦੋਂ ਆਪਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ 2008 'ਚ, ਉਦੋਂ ਮੈਂ ਲਾਇਨਸ ਕਲੱਬ ਲੁਧਿਆਣੇ ਦਾ ਤਾਜ਼ਾ ਮੈਂਬਰ ਬਣਿਆ ਸੀ, ਅਤੇ ਜਦੋਂ ਇਹ ਇਨਾਮ ਮਿਲਿਆ ਤਾਂ ਬਹੁਤ ਸਾਰੀਆਂ ਇੰਟਰਵਿਊ ਛਪੀਆਂ, ਟੀ ਵੀ ਦੇ ਉੱਤੇ ਗੱਲਾਂ ਬਾਤਾਂ ਹੋਈਆਂ, ਅਖਬਾਰਾਂ 'ਚ ਫੋਟੋਆਂ ਛਪੀਆਂ, ਤਾਂ ਉਹਦੇ ਉੱਤੇ ਮਿੱਤਰ ਸੈਨ ਮੀਤ ਦਾ ਨਾਂ ਆਉਂਦਾ ਸੀ। ਜਦੋਂ ਅਵਾਰਡ ਤੋਂ ਬਾਅਦ ਸੀ ਮੈਂ ਇੱਕ ਮੀਟਿੰਗ 'ਚ ਗਿਆ, ਕਈ ਲੋਕ ਮੈਨੂੰ ਕਹਿਣ ਵੀ ਦੇਖੋ ਜੀ ਕਿੰਨੀਆਂ ਸ਼ਕਲਾਂ ਮਿਲ ਜਾਂਦੀਆਂ, ਤੁਹਾਡੇ ਵਰਗਾ ਇੱਕ ਮਿੱਤਰ ਹੈ, ਮਿੱਤਰ ਸੈਨ ਮੀਤ ਹੈ ਕੋਈ, ਤੁਹਾਡੀ ਬਿਲਕੁਲ ਤੁਹਾਡੇ ਵਰਗੀ ਸ਼ਕਲ ਮਿਲਦੀ ਹੈ, ਅਤੇ ਤੁਸੀਂ ਉਹਨੂੰ ਇਨਾਮ ਮਿਲਿਆ। ਫਿਰ ਹੀ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਹਾਂ ਨਹੀਂ ਉਹੀ ਨੇ, ਇਸ ਕਰਕੇ ਮੈਂ ਜਿਹੜਾ ਵਖਰੇਵਾ ਸੀ ਉਹ ਜਾਣ ਬੁੱਝ ਕੇ ਕਾਇਮ ਰੱਖਿਆ। ਤੋ ਇੱਕ ਦਿਨ ਮੈਨੂੰ ਭਾਗ ਸ਼ਰਨ ਕਹਿਣ ਲੱਗੇ ਵੀ ਇੱਕ ਨਾਵਲ ਹੈ ਅੱਗ ਦੇ ਬੀਜ, ਮਿੱਤਰ ਸੈਨ ਮੀਤ ਦਾ ਲਿਖਿਆ ਹੋਇਆ, ਇਹ ਪੜ੍ਹੋ ਅਤੇ ਦੇਖੋ ਤੈਨੂੰ ਚੰਗਾ ਲੱਗੇ ਅਤੇ ਇਹਦੇ ਬਾਰੇ ਕੋਈ ਜ਼ਿਕਰ ਕਰਨਾ। ਮੈਂ ਉਹ ਨਾਵਲ ਲੈ ਗਿਆ ਪੜ੍ਹਨ ਵਾਸਤੇ ਔਰ ਮੈਂ ਦੇਖਿਆ ਕਿ ਉਸ ਨਾਵਲ ਦੇ ਵਿੱਚ ਜਿਹੜਾ ਯਥਾਰਥ ਹੈ
ਇੱਕ ਪਿੰਡ ਦੇ ਵਿੱਚ ਜਿਹੜਾ ਇੱਕ ਬੰਦਾ ਥੋੜ੍ਹਾ ਜਿਹਾ ਮਾੜੀ ਹਾਲਤ 'ਚ ਹੈਗਾ, ਉਹਨੂੰ ਕਿੱਦਾਂ ਸਰਮਾਇਆਦਾਰ ਤਬਕਾ ਜਾਂ ਕਹਿ ਲਓ ਜ਼ਮੀਨਦਾਰ ਕਿਸ ਤਰ੍ਹਾਂ ਉਹਨੂੰ ਦੁਖੀ ਕਰਦਾ, ਲੇਕਿਨ ਜਿਹੜਾ ਯੰਗ ਪਰਸਨ 'ਚ ਵਲਵਲਾ ਹੈ ਉਸ ਵਲਵੇ ਨੂੰ ਉਹਨੂੰ ਦਬਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਹੈ ਉਹ ਨਾਵਲਕਾਰ ਨੇ ਦੱਸਿਆ ਕਿ ਉਹ ਨਾਕਾਮ ਰਿਹਾ, ਕਿਉਂਕਿ ਜਿਹੜਾ ਨੌਜਵਾਨ ਸੀ ਉਹਦੇ ਅੰਦਰ ਕੁਛ ਕਰ ਗੁਜ਼ਰਨ ਦੀ ਜਿਹੜੀ ਭਾਵਨਾ ਸੀ ਉਹ ਪ੍ਰਬਲ ਸੀ। ਤੋ ਉਹ ਨਾਵਲ ਪੜ੍ਹ ਕੇ ਮੈਨੂੰ ਲੱਗਾ ਕਿ ਬਈ ਇਹ ਨਾਵਲ ਦੀ ਜਿਹੜੀ ਸ਼ੈਲੀ ਹੈ ਬਿਲਕੁਲ ਠੀਕ ਹੈ ਔਰ ਥੀਮ ਜਿਹੜਾ ਹੈ ਇਹਦਾ ਉਹ ਵੀ ਬੜਾ ਵਧੀਆ। ਇੰਨਾ ਜ਼ਰੂਰ ਮੈਨੂੰ ਖਿਆਲ ਆਇਆ ਕਿ ਜਿਹੜਾ ਨਾਵਲ ਦਾ ਅੰਤ ਸੀ ਉਹ ਥੋੜ੍ਹਾ ਜਿਹਾ ਭਾਵਕ ਸੀ। ਮੈਨੂੰ ਨਹੀਂ ਸੀ ਪਤਾ ਕਿ ਬਾਅਦ 'ਚ ਪਤਾ ਲੱਗਾ ਕਿ ਮਿੱਤਰ ਸਿੰਘ ਮੀਤ ਹਰੀ ਉਦੋਂ ਬੀ ਏ ਪਾਰਟ 2 ਕਰ ਰਹੇ ਸੀ ਬਰਨਾਲੇ ਕਾਲਜ ਦੇ ਵਿੱਚ, ਔਰ ਯੰਗ ਏਜ 'ਚ ਉਹ ਨਾਵਲ ਲਿਖਿਆ ਹੋਇਆ ਸੀ। ਮੈਨੂੰ ਲੱਗਾ ਕਿ ਵੀ ਨਾਵਲ ਤਾਂ ਇੰਨਾ ਵਧੀਆ ਲਿਖਿਆ ਹੋਇਆ, ਥੋੜ੍ਹਾ ਜਿਹਾ ਜੋਸ਼ੀਲਾਪਨ ਅਖੀਰ 'ਚ ਨਜ਼ਰ ਆਇਆ, ਲੇਕਿਨ ਫਿਰ ਵੀ ਅੱਗ ਦੇ ਬੀਚ ਨਾਵਲ ਕਾਮਯਾਬ ਸੀ। ਮੈਂ ਉਹ ਪੜ੍ਹ ਕੇ ਰਿਵਿਊ ਕੀਤਾ ਔਰ ਰਿਵਿਊ ਛਪਿਆ, ਪੰਜਾਬੀ 'ਚ ਵੀ ਸਰਕਲ 'ਚ ਵੀ ਕੀਤਾ, ਇੰਗਲਿਸ਼ 'ਚ ਵੀ ਕੀਤਾ, ਔਰ ਮੇਰੀ ਬਹੁਤ ਮੁੱਦਤ ਬਾਅਦ ਇਹਨਾਂ ਨਾਲ ਮੁਲਾਕਾਤ ਹੋਈ। ਪਰ ਅੱਗ ਦੇ ਬੀਜ ਨਾਵਲ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਕਾਇਮ ਸੀ ਕਿ ਵੀ ਇੱਕ ਅੱਛਾ ਨਾਵਲ ਮੈਂ ਪੜ੍ਹਿਆ, ਔਰ ਮਿੱਤਰ ਸਿੰਘ ਮੀਤ ਦਾ ਨਾਂ ਵੀ ਮੇਰੇ ਨਾਲ ਮੇਰੇ ਦਿਮਾਗ ਦੇ ਵਿੱਚ ਮਹਿਫੂਜ਼ ਹੋ ਗਿਆ। ਤੋ ਵਕਤ ਦੀ ਰਫ਼ਤਾਰ ਚੱਲਦੀ ਰਹੀ ਔਰ ਬਾਅਦ ਦੇ ਵਿੱਚ ਇਹਨਾਂ ਦੇ ਨਾਵਲ ਆਏ, ਉਹਨਾਂ 'ਚੋਂ ਮੈਨੂੰ ਇਹ ਯਾਦ ਹੈ ਕਿ ਵੀ ਤਫਤੀਸ਼ ਨਾਂ ਦਾ ਨਾਵਲ ਇਹਨਾਂ 'ਚੋਂ ਛਪਿਆ ਸੀ, ਉਹ ਪੜ੍ਹ ਕੇ ਮੈਂ ਇਹਨਾਂ ਨੂੰ ਕਿਹਾ ਵੀ ਇਸ ਤਰ੍ਹਾਂ ਨਾਵਲ ਪੰਜਾਬੀ ਨਾਵਲ ਨਾਵਲਕਾਰਾਂ ਨੇ ਕਿਸੇ ਨੇ ਇਸ ਤਰ੍ਹਾਂ ਦਾ ਨਾਵਲ ਨਹੀਂ ਲਿਖਿਆ। ਤੁਸੀਂ ਚੂੰਕਿ ਜਿਹੜੀਆਂ ਡਿਸਟ੍ਰਿਕਟ ਕੋਰਟਸ ਹੈਗੀਆਂ ਉਹਨਾਂ ਨਾਲ ਵਿਵਸਥਾ ਹੈਗੇ ਹੋ, ਉਹਨਾਂ ਦਾ ਜਿਹੜਾ ਸਿਸਟਮ ਹੈਗਾ ਉਹਨੂੰ ਜਾਣਦੇ ਹੋ, ਤੋ ਤਫਤੀਸ਼ ਜਿਹੜਾ ਹੁੰਦਾ ਵੀ ਤਫਤੀਸ਼ ਹੋ ਰਹੀ ਹੈ, ਇਹ ਜਿਹੜਾ ਇੱਕ ਲਫ਼ਜ਼ ਹੈਗਾ ਬੜਾ ਪਾਪੂਲਰ, ਇਹ ਇਸ ਨੂੰ ਤੁਸੀਂ ਥੀਮ ਬਣਾ ਕੇ ਦੱਸਿਆ ਵੀ ਤਫਤੀਸ਼ ਜਿਹੜੀ ਸੀ ਨਾ ਉਹ ਬਰਾਏ ਨਾਮ ਹੀ ਹੁੰਦੀ ਸੀ, ਕਾਰਵਾਈ ਤਾਂ ਉੱਦਾਂ ਹੀ ਐਵੇਂ ਵਕਤ ਕੱਟੀ ਵਾਲੀ ਗੱਲ ਹੁੰਦੀ ਸੀ, ਔਰ ਬੜਾ ਵਧੀਆ ਉਹ ਨਾਵਲ ਤਫਤੀਸ਼। ਮੈਂ ਪੜ੍ਹ ਕੇ ਇੱਕ ਸੈਮੀਨਾਰ ਦੇ ਵਿੱਚ ਇਹਦੇ ਬਾਰੇ ਪੇਪਰ ਵੀ ਪੜ੍ਹਿਆ ਸੀ ਵੀ ਤਫਤੀਸ਼ ਨਾਵਲ ਜਿਹੜਾ ਹੈ ਇੰਨਾ ਵਧੀਆ ਨਾਵਲ, ਅੱਜ ਤੱਕ ਮੈਂ ਇਸ ਥੀਮ ਦੇ ਉੱਪਰ ਜਿਹੜੀ ਡਿਸਟ੍ਰਿਕਟ ਕੋਰਟਸ ਦੇ ਵਿੱਚ ਜੋ ਕੁਛ ਹੁੰਦਾ ਹੈ ਜਾਂ ਪੁਲਿਸ ਜਿਹੜੀ ਤਫਤੀਸ਼ ਕਰਦੀ ਹੈ ਉਹਦੇ 'ਚ ਕਿਹੜੀਆਂ ਤਰੁੱਟੀਆਂ ਹੈਗੀਆਂ ਉਹ ਇਸ ਨਾਵਲ 'ਚ ਹੈਗੀਆਂ, ਔਰ ਨਾਵਲ ਦਾ ਇਹ ਤਾਨਾ ਬਾਣਾ ਔਰ ਇੰਨਾ ਵਧੀਆ ਇਹਨਾਂ ਦਾ ਉਹ ਸਾਰਾ ਜਿਹੜਾ ਨਾਵਲ ਦੀ ਸਟਰਕਚਰ ਹੈ ਉਹ ਇੰਨਾ ਵਧੀਆ ਸੀ ਕਿ ਮੈਂ ਬਹੁਤ ਤਾਰੀਫ ਕੀਤੀ ਤਫਤੀਸ਼ ਨਾਵਲ ਦੀ। ਉਹਦੇ ਬਾਅਦ ਮਿੱਤਰ ਸਿੰਘ ਵੀ ਦਾ ਦਿਮਾਗ 'ਚ ਆਇਆ ਕਿ ਵੀ ਮੈਂ 3 ਨਾਵਲ ਲਿਖਣੇ ਹੈ, ਤ੍ਰਿਕੜੀ ਜਿਹਨੂੰ ਕਹਿ ਸਕਦੇ ਹਾਂ ਜਾਂ ਟ੍ਰਿਲੋਜੀ ਕਹਿੰਦੇ ਹੈ, ਕਿ ਵੀ ਤਫਤੀਸ਼ ਦੇ ਬਾਅਦ ਕਟਹਿਰਾ ਫਿਰ ਸੁਧਾਰ ਕਰ। ਉਹਦੇ ਵਿੱਚ ਵਿੱਚ ਇਹਨਾਂ ਨੇ ਇੱਕ ਨਾਵਲ ਹੋਰ ਲਿਖਤਾ, ਨਾਵਲ ਕੌਰਵ ਸਭਾ ਨਾਂ ਦਾ ਨਾਵਲ ਸੀ ਕੌਰਵ ਸਭਾ, ਉਹਦੀ ਬੜੀ ਚਰਚਾ ਹੋਈ, ਬੜੀ ਤਾਰੀਫ ਕੀਤੀ। ਪਰ ਮੈਨੂੰ ਲੱਗਾ ਕਿ ਉਹ ਨਾਵਲ 'ਚ ਨਾ ਬਹੁਤ ਦੁਖੀ, ਮਤਲਬ ਪੜ੍ਹ ਕੇ ਬੰਦਾ ਰੋਣ ਲੱਗ ਪੈਂਦਾ ਕਿ ਸਾਡੇ ਸਮਾਜ ਦੇ ਵਿੱਚ ਇਹੋ ਜਿਹਾ ਅੰਸਰ ਵੀ ਹੈਗਾ ਜਿਹੜਾ ਕਿ ਕਿਸੇ ਘਰ 'ਤੇ ਲੁੱਟਮਾਰ ਕਰਦਿਆਂ ਕਿਸੇ ਨੂੰ ਮਾਰਤਾ, ਕਿਸੇ ਨੂੰ ਕਰਤਾ, ਹੋਰ ਸਾਰਾ ਕੁਝ। ਔਰ ਮੈਨੂੰ ਦੁੱਖ ਬੜਾ ਹੋਇਆ ਕਿ ਵੀ ਇਹ ਨਾਵਲ ਜਿਹੜਾ ਹੈ ਇੰਨੀ ਸਮਾਜ ਦੀ ਜਿਹੜੀ ਇੰਨੀ ਬੁਰੀ ਦਸ਼ਾ ਹੈਗੀ ਹੈ ਉਹਨੂੰ ਚਿਤਰਨ ਕੀਤਾ, ਪਰ ਦਿਲ ਕਮਜਦਾ ਸੀ ਦੇਖ ਕੇ ਕਿ ਸਮਾਜ ਦੇ ਵਿੱਚ ਇਹੋ ਜਿਹਾ ਅੰਸਰ ਵੀ ਹੈਗੇ ਹੈ ਜਿਹੜੇ ਇਸ ਤਰ੍ਹਾਂ ਇੰਨਾ ਦੁਰਕਰਮ ਕਰਦੇ ਹੈ। ਪਰ ਫਿਰ ਵੀ ਚਲੋ ਆਪਣੀ ਥਾਂ 'ਤੇ ਨਾਵਲ ਜਿਹੜਾ ਖੜ੍ਹਾ ਹੈ ਉਸ ਨਾਵਲ ਦੀ ਆਪਣੀ ਮਹੱਤਵ ਹੈਗਾ, ਕੌਰਵ ਸਭਾ ਦਾ ਬਹੁਤ ਤਾਰੀਫ ਹੋਈ। ਪਰ ਮੇਰੀ ਨਜ਼ਰ ਦੇ ਵਿੱਚ ਨਾ ਜਿਹੜੇ 3 ਨਾਵਲ ਸੀ ਨਾ ਉਹਨਾਂ ਵਿੱਚੋਂ ਤਫਤੀਸ਼ ਤੋਂ ਬਾਅਦ ਜਿਹੜਾ ਇਹਨਾਂ ਦਾ ਨਾਵਲ 3 ਨਾਵਲ ਸੀ ਸੁਧਾਰ ਕਰ, ਉਹਨੇ ਮੇਰੇ ਦਿਮਾਗ 'ਤੇ ਇੰਨਾ ਅਸਰ ਕੀਤਾ ਕਿ ਵੀ ਉਹ ਨਾਵਲ ਬਹੁਤ ਲੰਬਾ ਮੋਟਾ ਨਾਵਲ ਹੈ, ਕਾਫੀ ਉਹ 'ਚ ਬਹੁਤ ਸਫ਼ੇ ਹੈ। ਪੜ੍ਹ ਕੇ ਮੈਂ ਇਹ ਮਹਿਸੂਸ ਕੀਤਾ ਕਿ ਵੀ ਇਹ ਜਿਹੜਾ ਸੁਧਾਰ ਕਰ ਜਿਹਨੂੰ ਜੇਲ੍ਹ ਹੈਗੀ ਹੈ, ਜਿਹਨੂੰ ਜੇਲ੍ਹ ਦਾ ਨਾਂ ਹੁਣ ਸੁਧਾਰ ਕਰ ਬਣਾ ਦਿੱਤਾ,
ਸਿਰਫ ਦਹਾਨ ਵਾਸਤੇ ਕਿ ਵੀ ਇੱਥੇ ਵੀ ਸੁਧਾਰ ਹੁੰਦਾ, ਪਰ ਅੰਦਰ ਕੀ ਹੁੰਦਾ ਇਹ ਉਸ ਨਾਵਲ 'ਚ ਦੱਸਿਆ ਗਿਆ ਕਿ ਅੰਦਰ ਇਸ ਤਰ੍ਹਾਂ ਹੁੰਦਾ ਕਿ ਬੰਦਾ ਸੁਧਾਰ ਦੀ ਥਾਂ 'ਤੇ ਉਹ ਸਗੋਂ ਵਿਗੜ ਕੇ ਬਾਹਰ ਨਿਕਲਦਾ, ਕਿਉਂਕਿ ਉਹ ਦੁਰਦਸ਼ਾ ਉਹਦਾ ਜਿਹੜਾ ਉੱਥੇ ਸਾਰਾ ਕੁਛ ਸਿਸਟਮ ਚਲਾਇਆ ਇੰਨਾ ਗਲਤ ਹੈ ਕਿ ਜਿਹਦੇ ਨਾਲ ਨਾ ਸੁਧਾਰ ਦੀ ਬਜਾਏ ਇਹ ਇੱਕ ਨਾ ਹੀ ਰਹਿ ਗਿਆ ਸੁਧਾਰ ਕਰ, ਅਦਰਵਾਈਜ਼ ਜੇਲ੍ਹ ਦੀ ਜਿਹੜੀ ਲਾਈਫ ਹੈ ਉਹ ਇੱਕ ਵਿਅਕਤੀ ਨੂੰ ਇਨਸਾਨ ਤੋਂ ਹੈਵਾਨ ਬਣਾ ਦਿੰਦੀ ਹੈ। ਤੋ ਉਸ ਨਾਵਲ ਦੇ ਬਾਰੇ ਮੈਨੂੰ ਸਾਹਿਤ ਅਕੈਡਮੀ ਤਾਂ ਇਹਨਾਂ ਨੂੰ ਬਾਅਦ 'ਚ ਮਿਲਿਆ ਅਵਾਰਡ, ਪਹਿਲੋਂ ਭਾਸ਼ਾ ਵਿਭਾਗ ਨੇ ਮੈਨੂੰ ਪੁੱਛਿਆ ਕਿ ਇਸ ਨਾਵਲ ਦੇ ਬਾਰੇ ਤੁਸੀਂ ਦੱਸੋ ਕਿ ਤੁਸੀਂ ਇਹਨੂੰ ਕਿਸ ਪੱਧਰ 'ਤੇ ਰੱਖਦੇ ਹੋ, ਕਿੰਨੀ 100 ਮਾਰਕਿੰਗ ਕਰਨੀ ਹੈ, 100 ਵਿੱਚੋਂ ਕਿੰਨੇ ਨੰਬਰ ਦਿਓਗੇ? ਤੋ ਮੈਂ ਕਿਹਾ ਆਈ ਵਿਲ ਗਿਵ 70 ਮਾਰਕਸ। ਔਰ ਆਮ ਤੌਰ 'ਤੇ ਜਿਹੜੇ ਨਾਵਲ ਸਾਡੇ ਕੋਲ ਆਉਂਦੇ ਸੀ ਨਾ ਜੱਜਮੈਂਟ ਵਾਸਤੇ ਕਿ ਬਈ ਭਾਸ਼ਾ ਬਾਗ ਨੇ ਅਸੀਂ ਉਹਨਾਂ ਨੇ ਅਵਾਰਡ ਦੇਣੇ ਹੈ ਉਸ ਸਾਲ ਦਾ ਬੈਸਟ ਨਾਵਲ, ਤਾਂ ਅਸੀਂ 60-65 ਤੋਂ ਉੱਪਰ ਹੀ ਜਾਂਦੇ ਹੁੰਦੇ ਸੀ, ਆਮ ਤੌਰ 'ਤੇ 60-65 ਬਾਕੀ ਥੱਲੇ ਹੁੰਦੇ ਸੀ। ਲੇਕਿਨ ਮੇਰੇ ਮਨ 'ਚ ਆਇਆ ਕਿ ਮੈਂ 70 ਨੰਬਰ ਦੇਵਾਂ, 70 out of 100 ਜਿਹੜੇ ਕਿ ਮੈਕਸੀਮਮ ਸੀ ਉਸ ਲੋਟ ਦੇ ਵਿੱਚ। ਔਰ ਮੇਰੀ ਜਿਹੜੀ ਜੱਜਮੈਂਟ ਸੀ ਇੰਨੀ ਠੀਕ ਹੋਈ ਕਿਉਂਕਿ ਕੁਝ ਸਾਲਾਂ ਬਾਅਦ ਇਹਨਾਂ ਨੂੰ ਸਾਹਿਤ ਅਕੈਡਮੀ ਤੋਂ ਜਿਹੜਾ ਭਾਰਤੀ ਸਾਹਿਤ ਅਕੈਡਮੀ ਹੈ ਉਹਦਾ ਅਵਾਰਡ ਜਿਹੜਾ ਕਿ ਬੜਾ ਪ੍ਰੈਸਟੀਜੀਅਸ ਅਵਾਰਡ ਹੈ ਉਹ ਇਹਨਾਂ ਨੂੰ ਮਿਲਿਆ ਉਸੇ ਨਾਵਲ 'ਤੇ ਸੁਧਾਰ ਕਰਤੇ।